ਆਪਣਾ ਸਾਨੂੰ ਆ ਥੋੜ੍ਹੀ ਦੇਰ ਹੋਈ ਆ, ਕੌਲ ਆਈ ਸੀਗੀ ਵੀ ਕੁੱਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ, ਇਹਦੇ ਵਿੱਚ ਬਲਾਸਟ ਹੋਇਆ ਵਾ। ਉਹ ਅਸੀਂ ਇੱਥੇ ਆਏ ਹਾਂ, ਫਾਇਰ ਬ੍ਰਿਗੇਡ ਵਾਲੀ ਗੱਡੀ ਵੀ ਆਈ ਹੋਈ ਆ ਅਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰੁਣ ਸੂਰੀ ਜੀ, ਉਹ ਮਿਲੇ ਨੇ ਸਾਨੂੰ। ਅਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸੁਕਾਉਂਦੇ ਆ, ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਡਰਾਇਰ ਉਹਨੂੰ ਖੋਲਦੇ ਆ, ਉਹ ਮਤਲਬ ਜਾਂ ਤਾਂ ਓਵਰ ਹੀਟ ਹੋ ਕੇ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ। ਅਤੇ ਬਾਕੀ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਦੇ ਇੱਕ ਔਰਤ ਨੂੰ ਥੋੜ੍ਹਾ ਜਿਹਾ ਮਤਲਬ ਆਈ ਆ, ਸੱਟਾਂ ਲੱਗੀਆਂ ਨੇ ਜਾਂ ਕਹਿ ਲਓ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਕੋਈ ਪ੍ਰੋਬਲਮ, ਸਾਹ ਦੇ ਵਿੱਚ ਪ੍ਰੋਬਲਮ ਆਈ ਆ, ਉਹਨਾਂ ਨੂੰ ਕੋਆਪਰੇਟ ਹੋਸਪਿਟਲ ਇਹਨਾਂ ਦੇ ਫਾਦਰ ਸਾਹਿਬ ਲੈ ਕੇ ਗਏ ਹੋਏ ਆ। ਅਤੇ ਬਾਕੀ ਦੇਖ ਰਹੇ ਹਾਂ, ਇਹ ਬਾਕੀ ਹੋਰ ਚੈੱਕ ਕਰ ਰਹੇ ਹਾਂ ਵੀ ਕਿੰਨਾ ਕੁ ਨੁਕਸਾਨ ਹੋਇਆ ਜਾਂ ਕੋਈ ਹੋਰ ਨਾ ਵੀ ਹੋ ਜਾਵੇ, ਜਾਂ ਕਿਉਂਕਿ ਉਹਦਾ ਕਨੈਕਸ਼ਨ ਬਿਜਲੀ ਦਾ ਕੱਟਿਆ ਹੋਇਆ। ਟੋਟਲ ਕਿੰਨੇ ਜ਼ਖਮੀ ਹੋਏ? ਤਿੰਨ ਨੇ, ਦੋ ਜੈਂਟਸ ਨੇ, ਇੱਕ ਲੇਡੀ ਹੈ। ਫੈਕਟਰੀ ਕਿਸ ਚੀਜ਼ ਦੀ? ਦਵਾਈਆਂ ਦੀ ਫੈਕਟਰੀ ਆ, ਦਵਾਈਆਂ ਬਣਦੀਆਂ, ਗੋਲੀਆਂ ਬਣਦੀਆਂ ਨੇ, ਮੈਡੀਸਨ ਦੀਆਂ। ਅਜੇ ਤਾਂ ਅਸੀਂ ਆਏ ਹੀ ਹਾਂ, ਦੇਖ ਰਹੇ ਹਾਂ ਅਤੇ ਜੋ ਆਊਗਾ ਦੇਖਾਂਗੇ, ਉਸ ਹਿਸਾਬ ਨਾਲ ਕਰਾਂਗੇ। ਠੀਕ ਹੈ ਸਰ, ਹਾਲੇ ਕੁਛ ਨਹੀਂ ਸਮਝ ਆ ਰਿਹਾ ਕੀ ਹੈ, ਜਦੋਂ ਲਾਈਟ ਹੋਏਗੀ ਅੰਦਰ ਉਦੋਂ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ। ਅੰਦਰ ਧੂੰਆਂ ਬੜਾ। ਯੂਵੀ ਫਾਰਮਾਸਿਊਟੀਕਲ ਨਾਮ ਹੈ, ਮੈਡੀਸਨ ਦੀ ਫੈਕਟਰੀ ਸੀ, ਬਲਾਸਟ ਹੋਇਆ ਕਿਸ ਚੀਜ਼ ਦਾ ਹਾਲੇ ਨਹੀਂ ਪਤਾ ਲੱਗ ਰਿਹਾ। ਸਰ ਕਿੰਨੇ ਕੁ ਵਜੇ ਰਹਿੰਦੇ ਤੁਹਾਨੂੰ ਪਤਾ? ਕੋਈ ਅੱਧਾ ਪੌਣਾ ਘੰਟਾ ਪਹਿਲੇ ਦੀ ਗੱਲ ਹੈ। ਹਾਂਜੀ, ਮੈਂ ਮੌਕੇ ਤੇ ਅੰਦਰ ਹੀ ਸੀ। ਕਿੰਨੇ ਲੋਕ ਇੰਜਰਡ ਹੋਏ ਨੇ, ਕੀ ਹਾਲਾਤ? ਤਿੰਨ ਬੰਦਿਆਂ ਨੂੰ ਸਿਰਫ ਸੁਪਰਫੀਸ਼ੀਅਲ ਇੰਜਰੀਜ਼ ਆਈਆਂ ਨੇ, ਕੋਈ ਮੇਜਰ ਪ੍ਰੋਬਲਮ ਨਹੀਂ ਹੈ, ਬਸ ਜਸਟ ਲੈ ਕੇ ਫਸਟ ਏਡ, ਬਸ ਉਹਨਾਂ ਕੋ ਬਚਾਅ ਹੋ ਗਿਆ। ਨੁਕਸਾਨ ਫੈਕਟਰੀ ਦਾ ਹੋਇਆ ਜੀ, ਉਹ ਵੇਖਣਾ ਪੈਣਾ। ਆਪਣਾ ਸਾਨੂੰ ਆ ਥੋੜ੍ਹੀ ਦੇਰ ਹੋਈ ਆ, ਕੌਲ ਆਈ ਸੀਗੀ ਵੀ ਕੁੱਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ, ਇਹਦੇ ਵਿੱਚ ਬਲਾਸਟ ਹੋਇਆ ਵਾ। ਉਹ ਅਸੀਂ ਇੱਥੇ ਆਏ ਹਾਂ, ਫਾਇਰ ਬ੍ਰਿਗੇਡ ਵਾਲੀ ਗੱਡੀ ਵੀ ਆਈ ਹੋਈ ਆ ਅਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰੁਣ ਸੂਰੀ ਜੀ, ਉਹ ਮਿਲੇ ਨੇ ਸਾਨੂੰ। ਅਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸੁਕਾਉਂਦੇ ਆ, ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਡਰਾਇਰ ਉਹਨੂੰ ਖੋਲਦੇ ਆ, ਉਹ ਮਤਲਬ ਜਾਂ ਤਾਂ ਓਵਰ ਹੀਟ ਹੋ ਕੇ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ। ਅਤੇ ਬਾਕੀ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਦੇ ਇੱਕ ਔਰਤ ਨੂੰ ਥੋੜ੍ਹਾ ਜਿਹਾ ਮਤਲਬ ਆਈ ਆ, ਸੱਟਾਂ ਲੱਗੀਆਂ ਨੇ ਜਾਂ ਕਹਿ ਲਓ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਕੋਈ ਪ੍ਰੋਬਲਮ, ਸਾਹ ਦੇ ਵਿੱਚ ਪ੍ਰੋਬਲਮ ਆਈ ਆ, ਉਹਨਾਂ ਨੂੰ ਕੋਆਪਰੇਟ ਹੋਸਪਿਟਲ ਇਹਨਾਂ ਦੇ ਫਾਦਰ ਸਾਹਿਬ ਲੈ ਕੇ ਗਏ ਹੋਏ ਆ। ਅਤੇ ਬਾਕੀ ਦੇਖ ਰਹੇ ਹਾਂ, ਇਹ ਬਾਕੀ ਹੋਰ ਚੈੱਕ ਕਰ ਰਹੇ ਹਾਂ ਵੀ ਕਿੰਨਾ ਕੁ ਨੁਕਸਾਨ ਹੋਇਆ ਜਾਂ ਕੋਈ ਹੋਰ ਨਾ ਵੀ ਹੋ ਜਾਵੇ, ਜਾਂ ਕਿਉਂਕਿ ਉਹਦਾ ਕਨੈਕਸ਼ਨ ਬਿਜਲੀ ਦਾ ਕੱਟਿਆ ਹੋਇਆ। ਟੋਟਲ ਕਿੰਨੇ ਜ਼ਖਮੀ ਹੋਏ? ਤਿੰਨ ਨੇ, ਦੋ ਜੈਂਟਸ ਨੇ, ਇੱਕ ਲੇਡੀ ਹੈ। ਫੈਕਟਰੀ ਕਿਸ ਚੀਜ਼ ਦੀ? ਦਵਾਈਆਂ ਦੀ ਫੈਕਟਰੀ ਆ, ਦਵਾਈਆਂ ਬਣਦੀਆਂ, ਗੋਲੀਆਂ ਬਣਦੀਆਂ ਨੇ, ਮੈਡੀਸਨ ਦੀਆਂ। ਅਜੇ ਤਾਂ ਅਸੀਂ ਆਏ ਹੀ ਹਾਂ, ਦੇਖ ਰਹੇ ਹਾਂ ਅਤੇ ਜੋ ਆਊਗਾ ਦੇਖਾਂਗੇ, ਉਸ ਹਿਸਾਬ ਨਾਲ ਕਰਾਂਗੇ। ਠੀਕ ਹੈ ਸਰ, ਹਾਲੇ ਕੁਛ ਨਹੀਂ ਸਮਝ ਆ ਰਿਹਾ ਕੀ ਹੈ, ਜਦੋਂ ਲਾਈਟ ਹੋਏਗੀ ਅੰਦਰ ਉਦੋਂ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ। ਅੰਦਰ ਧੂੰਆਂ ਬੜਾ। ਯੂਵੀ ਫਾਰਮਾਸਿਊਟੀਕਲ ਨਾਮ ਹੈ, ਮੈਡੀਸਨ ਦੀ ਫੈਕਟਰੀ ਸੀ, ਬਲਾਸਟ ਹੋਇਆ ਕਿਸ ਚੀਜ਼ ਦਾ ਹਾਲੇ ਨਹੀਂ ਪਤਾ ਲੱਗ ਰਿਹਾ। ਸਰ ਕਿੰਨੇ ਕੁ ਵਜੇ ਰਹਿੰਦੇ ਤੁਹਾਨੂੰ ਪਤਾ? ਕੋਈ ਅੱਧਾ ਪੌਣਾ ਘੰਟਾ ਪਹਿਲੇ ਦੀ ਗੱਲ ਹੈ। ਹਾਂਜੀ, ਮੈਂ ਮੌਕੇ ਤੇ ਅੰਦਰ ਹੀ ਸੀ। ਕਿੰਨੇ ਲੋਕ ਇੰਜਰਡ ਹੋਏ ਨੇ, ਕੀ ਹਾਲਾਤ? ਤਿੰਨ ਬੰਦਿਆਂ ਨੂੰ ਸਿਰਫ ਸੁਪਰਫੀਸ਼ੀਅਲ ਇੰਜਰੀਜ਼ ਆਈਆਂ ਨੇ, ਕੋਈ ਮੇਜਰ ਪ੍ਰੋਬਲਮ ਨਹੀਂ ਹੈ, ਬਸ ਜਸਟ ਲੈ ਕੇ ਫਸਟ ਏਡ, ਬਸ ਉਹਨਾਂ ਕੋ ਬਚਾਅ ਹੋ ਗਿਆ। ਨੁਕਸਾਨ ਫੈਕਟਰੀ ਦਾ ਹੋਇਆ ਜੀ, ਉਹ ਵੇਖਣਾ ਪੈਣਾ।